ਹੈਗੇ ਆ ਜੀ। ਤੇ ਇੱਥੇ ਅਸੀਂ ਇਸ ਸੰਬੰਧੀ ਵਿੱਚ ਆਏ ਸੀਗੇ ਕਿ ਇੱਥੇ ਵੱਧ ਤੋਂ ਵੱਧ ਅਸੀਂ ਲੋਕਾਂ ਨੂੰ ਆਈਡੈਂਟੀਫਾਈ ਕਰਾ ਸਕੀਏ ਤੇ ਜਿੰਨਾ ਵੀ ਲੋਕਾਂ ਦਾ ਜ਼ਰੂਰੀ ਹੈਗਾ ਕਰੋਨਾ ਟੈਸਟ ਉਹਨਾਂ ਨੂੰ ਅਸੀਂ ਕਰਾ ਸਕੀਏ, ਸੋ ਦੈਟ ਅਸੀਂ ਇਸ ਬਿਮਾਰੀ ਨਾਲ ਲੜ ਸਕੀਏ। ਬਟ ਜਦ ਅਸੀਂ ਪਿੰਡ ਦੇ ਵਿੱਚ ਆਏ ਤਾਂ ਪਿੰਡ ਵਾਸੀਆਂ ਵੱਲੋਂ ਸਾਨੂੰ ਦੱਸਿਆ ਗਿਆ ਕਿ ਪਿੰਡ ਦੇ ਵਿੱਚ ਬਹੁਤ ਤਰੀਕੇ ਦੇ ਗਲਤ ਅਫਵਾਹਾਂ ਲੋਕਾਂ ਦੇ ਵਿੱਚ ਚੱਲਦੀਆਂ ਪਈਆਂ ਨੇ, ਜਿਸ ਤਰੀਕੇ ਨਾਲ ਕਿ ਸਾਨੂੰ ਇੱਥੋਂ ਲੈ ਕੇ ਜਾਣਗੇ ਜੇ ਕੋਈ ਪੋਜ਼ਿਟਿਵ ਆ ਜਾਂਦਾ, ਜਾਂ ਫਿਰ ਕਿਸੇ ਦੇ ਪਰਸਨਲ ਬਾਡੀ ਪਾਰਟਸ ਅਗਰ ਲੈ ਕੇ ਜਾਂਦੇ ਨੇ ਤਾਂ ਕੱਢ ਲਿੱਤੇ ਜਾਂਦੇ ਨੇ। ਇਸ ਤਰੀਕੇ ਦੇ ਬਹੁਤ ਸਾਰੇ ਮੈਸੇਜਿਸ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰੱਖੇ ਨੇ, ਜਿਸ ਕਰਕੇ ਲੋਕਾਂ ਦੇ ਵਿੱਚ ਇੱਕ ਕਰੋਨਾ ਟੈਸਟ ਨੂੰ ਲੈ ਕੇ ਬਹੁਤ ਵੱਡਾ ਡਰ ਪੈਦਾ ਹੋਇਆ ਹੋਇਆ। ਅੱਜ ਸਾਡੇ ਇੱਥੇ ਅਸੀਂ ਸਾਰੇ ਮੌਜੂਦ ਹੈਗੇ ਹਾਂ, ਡਾਕਟਰ ਸਾਹਿਬ ਮੌਜੂਦ ਹੈਗੇ ਨੇ, ਅਤੇ ਇੱਥੇ ਅਸੀਂ ਤੁਹਾਨੂੰ ਕਲੀਅਰਲੀ ਦੱਸਣਾ ਚਾਹੁੰਦੇ ਹਾਂ ਸਾਰੇ ਪਿੰਡ ਵਾਸੀਆਂ ਨੂੰ ਅਤੇ ਹੋਰ ਵੀ ਸਾਰੇ ਲੋਕਾਂ ਨੂੰ ਇਹ ਜਾਗਰੂਕ ਕਰਨਾ ਚਾਹੁੰਦੇ ਹਾਂ ਕਿ ਐਸਾ ਇਸ ਸੰਬੰਧੀ ਜਿਹੜੀ ਵੀ ਗਲਤ ਅਫਵਾਹਾਂ ਲੋਕਾਂ ਦੇ ਵਿੱਚ ਫੈਲ ਰਹੀਆਂ ਨੇ ਇਸ ਨੂੰ ਪੂਰਾ ਨਕਾਰਤਕ ਕਰਕੇ ਅਸੀਂ ਇੱਕ ਚੰਗੀ ਸੋਚ ਰੱਖ ਕੇ ਇਸ ਨੂੰ ਕਰਾਈਏ। ਅਤੇ ਇਹ ਕਰੋਨਾ ਬਿਮਾਰੀ ਹੈਗੀ, ਇਸ ਨੂੰ ਅਸੀਂ ਜਿੰਨਾ ਜਲਦੀ ਆਈਡੈਂਟੀਫਾਈ ਕਰਾਂਗੇ ਉਨਾ ਹੀ ਅਸੀਂ ਇਸ ਨੂੰ ਚੰਗੀ ਤਰ੍ਹਾਂ ਲੜ ਸਕਾਂਗੇ। ਇਸ ਤਰੀਕੇ ਦਾ ਸਿਰਫ ਸੋਸ਼ਲ ਮੀਡੀਆ 'ਤੇ ਗਲਤ ਅਫਵਾਹਾਂ ਬਣਾਈਆਂ ਜਾ ਰਹੀਆਂ ਨੇ ਕਿ ਕਿਸੇ ਦੇ ਪ੍ਰਾਈਵੇਟ ਪਾਰਟਸ ਜਾਂ ਫਿਰ ਕਿਸੇ ਦੇ ਬਾਡੀ ਪਾਰਟਸ ਕੱਢੇ ਜਾਂਦੇ ਨੇ, ਇੱਦਾਂ ਦਾ ਕੋਈ ਵੀ ਤਰੀਕਾ ਨਹੀਂ ਹੈਗਾ। ਅਤੇ ਅਸੀਂ ਸਰਕਾਰ ਵੱਲੋਂ ਇਸ ਮੁਹਿੰਮ ਨੂੰ ਲੈ ਕੇ ਆਏ ਹਾਂ ਤਾਂ ਕਿ ਅਸੀਂ ਜਲਦ ਤੋਂ ਜਲਦ ਲੋਕਾਂ ਨੂੰ ਇਸ ਸੰਬੰਧੀ ਬਿਮਾਰੀ ਪ੍ਰਤੀ ਜਾਗਰੂਕ ਕਰੀਏ, ਇਸ ਬਿਮਾਰੀ ਨੂੰ ਪਹਿਚਾਨੀਏ ਅਤੇ ਮਿਲ ਕੇ ਇਸ ਸੰਬੰਧੀ ਜੰਗ ਲੜੀਏ। ਅਤੇ ਅਗਰ ਫਿਰ ਵੀ ਲੋਕਾਂ ਦੇ ਮਨ ਦੇ ਵਿੱਚ ਅਫਵਾਹ ਹੈਗੀ ਹੈ ਤਾਂ ਉਹ ਜ਼ਰੂਰ ਆਪਣੇ ਨਜ਼ਦੀਕੀ ਜਿਹੜਾ ਵੀ ਸਿਵਲ ਹਸਪਤਾਲ ਹੈਗਾ ਉੱਥੇ ਜਾ ਕੇ ਤਾਲਮੇਲ ਕਰਨ ਅਤੇ ਉਸ ਸੰਬੰਧੀ ਪ੍ਰੋਪਰ ਜਾਣਕਾਰੀ ਲੈਣ। ਇਸ ਸੰਬੰਧੀ ਮੇਰੇ ਨਾਲ SMO ਸਾਹਿਬ ਬੈਠੇ ਨੇ, ਹੀ ਆਲਸੋ ਟੈਲ ਯੂ, ਉਹ ਵੀ ਦੱਸਦੇ ਹੈਗੇ ਕਿ ਜਿਹੜੀ ਲੋਕਾਂ ਦੀ ਅਫਵਾਹਾਂ ਨੇ। ਅੱਜ ਅਸੀਂ ਇਸ ਪਿੰਡ ਸਮੈਲਪੁਰ ਵਿਖੇ ਜਿਹੜਾ ਕੈਂਪ ਲਗਾਇਆ ਹੈ, ਇਹ 'ਚ ਸਾਨੂੰ ਆਉਣ 'ਤੇ ਪਤਾ ਲੱਗਿਆ ਕਿ ਲੋਕਾਂ ਵਿੱਚ ਬਹੁਤ ਗਲਤ ਅਫਵਾਹਾਂ ਹਨ। ਪਹਿਲਾਂ ਤਾਂ ਮੈਂ ਇਹ ਦੱਸਦਾ ਕਿ ਟੈਸਟ ਜਿਹੜਾ ਹੈਗਾ ਬਿਲਕੁਲ ਮੁਫਤ ਹੋ ਰਿਹਾ ਹੈਗਾ, ਕੋਈ ਇਹਦਾ ਖਰਚਾ ਨਹੀਂ, ਕੋਈ ਇਹਦੇ ਵਿੱਚ ਕੋਈ ਮਤਲਬ ਜੇ ਕੋਈ ਮਾੜਾ ਮੋਟਾ ਬੰਦਾ ਢਿੱਲਾ ਵੀ ਹੈਗਾ ਉਹਦਾ ਵੀ ਟੈਸਟ ਹੋ ਸਕਦਾ, ਕੋਈ ਉਮਰ ਦਾ ਨਹੀਂ ਤਗਾਜ਼ਾ, ਮਤਲਬ ਹਰ ਇੱਕ ਦਾ ਇਹ ਟੈਸਟ ਹੋ ਸਕਦਾ ਅਤੇ ਕਰਾਉਣਾ ਹੀ ਚਾਹੀਦਾ ਹੈਗਾ, ਕੋਈ ਇਹਦੇ ਵਿੱਚ ਕੋਈ ਗੱਲਬਾਤ ਨਹੀਂ। ਹੁਣ ਤਾਂ ਸਰਕਾਰ ਨੇ ਹੋਰ ਇਹਦੇ ਵਿੱਚ ਰਿਆਇਤ ਕਰਤੀ ਆ ਵੀ 22 ਖੁਦਾ ਨਾ ਖਾਸਤਾ ਕੋਈ ਇਹਦੇ ਵਿੱਚ ਪੋਜ਼ਿਟਿਵ ਆ ਜਾਂਦਾ ਵਿਅਕਤੀ ਤਾਂ ਉਹਨੂੰ ਅਸੀਂ ਇੱਥੇ ਤੁਹਾਡੇ ਨਾਲ ਵਾਅਦਾ ਕਰਦੇ ਹਾਂ, ਸਾਡੇ ਕੋਲ ਪਾਵਰਾਂ ਆ ਗਈਆਂ, ਅਸੀਂ ਇੱਥੇ ਉਹਨੂੰ ਘਰ ਵਿੱਚ ਇਕਾਂਤਵਾਸ ਕਰ ਦੇਵਾਂਗੇ, ਕੋਈ ਉਹਨੂੰ ਕੋਈ ਕਿਤੇ ਨਹੀਂ ਲਿਜਾਏਗਾ, ਕੋਈ ਉਹਨੂੰ ਤਕਲੀਫ ਨਹੀਂ ਹੋਏਗੀ। ਕੋਈ ਕਈਆਂ 'ਚ ਹੁਣ ਸਾਨੂੰ ਇਹ ਵੀ ਸੁਣਨ 'ਚ ਆਇਆ ਜੀ ਇਹ ਜਿਹੜਾ ਲੈਂਦੇ ਆ ਸੈਂਪਲ ਨੱਕ 'ਚ ਇੱਦਾਂ ਤੀਲਾ ਮਾਰਦੇ, ਕੋਈ ਛੱਡ ਜਾਂਦਾ ਅੱਧਾ, ਇੱਦਾਂ ਇੱਦਾਂ, ਇਹ ਸਾਰਾ ਕੁਛ ਗਲਤ ਆ। ਕੋਈ ਤੀਲਾ ਨਹੀਂ ਵੱਜਦਾ, ਕੋਈ ਮਰੀਜ਼ ਨੂੰ ਮਤਲਬ ਬੰਦੇ ਨੂੰ ਜਿਹੜਾ ਦੇਣ ਆਉਂਦਾ ਹੈਗਾ ਸੈਂਪਲ ਕੋਈ ਤਕਲੀਫ ਨਹੀਂ ਹੁੰਦੀ। ਸੋ ਸਾਡੀ ਸਾਰੇ ਪ੍ਰਸ਼ਾਸਨ ਵੱਲੋਂ ਮੇਰੇ ਵੱਲੋਂ ਸਾਰੇ ਆਪ ਨੂੰ ਬੇਨਤੀ ਆ ਕਿ ਜੋ ਸਰਕਾਰ ਇਹ ਕਰ ਰਹੀ ਆ ਤੁਹਾਡੇ ਭਲੇ ਲਈ ਕਰ ਰਹੀ ਆ, ਅਤੇ ਅਸੀਂ ਵੀ ਤੁਹਾਡੀ ਸੇਵਾ ਲਈ ਇੱਥੇ ਅੱਜ ਹਾਜ਼ਰ ਹਾਂ, ਤੁਸੀਂ ਵੱਧ ਤੋਂ ਵੱਧ ਸਾਡਾ ਸਹਿਯੋਗ ਦਿਓ ਤਾਂ ਕਿ ਜਿਹੜੀ ਇਹ ਭਿਆਨਕ ਬਿਮਾਰੀ ਹੈ ਇਹਦਾ ਅਸੀਂ ਟਾਈਮ ਸਿਰ ਲੱਭ ਕੇ ਅਤੇ ਕਾਬੂ ਕਰ ਸਕੀਏ। ਸਾਡੇ ਆਸ਼ਾ ਵਰਕਰਸ ਨਾਲ ਗੱਲ ਕੀਤੀ ਅਤੇ ਆਸ਼ਾ ਵਰਕਰ ਵੱਲੋਂ ਵੀ ਦੱਸਿਆ ਗਿਆ ਕਿ ਲੋਕਾਂ ਦੇ ਮਨ ਦੇ ਵਿੱਚ ਗਲਤ ਅਫਵਾਹਾਂ ਨੇ ਕਿ ਆਸ਼ਾ ਵਰਕਰਸ ਵੱਲੋਂ ਇਸ ਤਰੀਕੇ ਨਾਲ ਜ਼ਬਰਦਸਤੀ ਕੀਤੀ ਜਾਂਦੀ। ਇਸ ਸੰਬੰਧੀ ਕਿਸੇ ਨਾਲ ਕੋਈ ਜ਼ਬਰਦਸਤੀ ਨਹੀਂ, ਬਟ ਆਸ਼ਾ ਵਰਕਰਸ ਨੂੰ ਮੋਟੀਵੇਟ ਕਰਕੇ ਅਸੀਂ ਇਹ ਕਰਨਾ ਚਾਹੁੰਦੇ ਹਾਂ ਅਤੇ ਹੁਣ ਸਰਕਾਰ ਦੀ ਨਵੀਂ ਹਦਾਇਤਾਂ ਨਾਲ ਅਸੀਂ ਘਰ ਦੇ ਵਿੱਚ ਹੀ ਇਕਾਂਤਵਾਸ ਕਰ ਸਕਦੇ ਹਾਂ। ਟੈਸਟ ਕਰਨ ਵੇਲੇ ਹੀ ਲੋਕਾਂ ਤੋਂ ਇੱਕ ਫੋਰਮ ਭਰਾ ਲਿਆ ਜਾਂਦਾ ਹੈ, ਸੈਲਫ ਡੈਕਲਰੇਸ਼ਨ, ਉਸਦੇ ਬੇਸਿਸ 'ਤੇ ਕਰ ਲਿਆ ਜਾਂਦਾ। ਅਤੇ ਹੁਣ ਮੈਂ ਐਂਡ ਦੇ ਵਿੱਚ ਲੋਕਾਂ ਨੂੰ ਇਹੀ ਅਪੀਲ ਕਰਾਂਗਾ ਕਿ ਅਸੀਂ ਸਾਰੀ ਅਫਵਾਹਾਂ ਤੋਂ ਬਚ ਕੇ ਰਹੀਏ, ਨਾਲ ਹੀ ਅਸੀਂ ਕਰੋਨਾ ਬਿਮਾਰੀ ਤੋਂ ਬਚਣ ਲਈ ਇਸ ਅਫਵਾਹਾਂ ਤੋਂ ਪਹਿਲਾਂ ਬਚੀਏ ਅਤੇ ਵੱਧ ਤੋਂ ਵੱਧ ਜਾਗਰੂਕ ਹੋ ਕੇ ਇਸ ਸੰਬੰਧੀ ਟੈਸਟ ਕਰਾਈਏ, ਕਿਉਂਕਿ ਜਦ ਤੱਕ ਅਸੀਂ ਇਸ ਬਿਮਾਰੀ ਨੂੰ ਪਹਿਚਾਣਾਂਗੇ ਨਹੀਂ ਤਦ ਤੱਕ ਅਸੀਂ ਇਸ ਬਿਮਾਰੀ ਨਾਲ ਲੜ ਨਹੀਂ ਪਾਵਾਂਗੇ। ਇਸ ਲਈ ਸਾਨੂੰ ਇਕੱਠੇ ਹੋ ਕੇ ਜਾਗਰੂਕ ਹੋਣ ਦੀ ਜ਼ਰੂਰਤ ਹੈ ਅਤੇ ਵੱਧ ਤੋਂ ਵੱਧ ਅੱਗੇ ਆਉਣ ਦੀ ਜ਼ਰੂਰਤ ਹੈ। ਧੰਨਵਾਦ ਜੀ।